सरकार की ओर से लोगों की सुविधा के लिए बनाए गए सुविधा सेंटर लोगों के लिए दुविधा बने हुए हैं। मामला सुविधा सेंटर माहिलपुर का है, जिसमें आधार कार्ड में जन्मतिथि में करेक्शन करवाने के लिए आए जरनैल सिंह निवासी गांव बड़ों ने बताया कि उन्होंने जब अपनी पत्नी का आधार कार्ड बनवाया था तो उन्होंने पूरी जन्ममिति लिखवाई थी और उन्हें रसीद भी पूरी जन्ममिति की मिली थी और आधार कार्ड पर सिर्फ जन्म का वर्ष ही लिखा हुआ है। अभी उन्होंने उसमें करेक्शन के लिए अप्लाई किया है, वह सुबह से आकर बैठे हैं, अभी तक कोई कार्रवाई नहीं हुई। उनका कहना है कि बहुत लोग ऐसे हैं जो परेशान। गलती संबंधित कार्यालयों के कर्मचारियों की होती है और भुगतना लोगों को पड़ता है, जिससे लोगों का समय पैसा खर्च होता है और परेशानी ज़्यादा होती है। इस संबंध में महलपुर सेंटर के इंचार्ज राकेश कुमार ने बताया कि जिन लोगों के आधार कार्ड बहुत पहले बने थे उनमें सिर्फ वर्ष लिखा जाता था, अभी जो व्यक्ति उन्हें दो डॉक्यूमेंट सही जन्ममिति वाले देते हैं उनके आधार पर कार्ड पर पूरी जन्ममिति लिखी होती है। की प्रॉब्लम है जी ताड़ी तुसी आधार कार्ड ऑफिस दे विचो? प्रॉब्लम सर जी तां वी मैं आधार कार्ड दा मेरा इक प्रॉब्लम सी ते आधार कार्ड दे उत्ते इक तां नाम मोबाइल नंबर लिखदे आ, इक जिहड़ा पूरी डेट ऑफ बर्थ नहीं लिखदे, जद के रसीद उत्ते डेट ऑफ बर्थ लिखिया सब कुछ लिखिया दिन महीना साल। ਉਹ ਠੀਕ ਕਰਾਉਣ ਦੇ ਲਈ ਸਾਨੂੰ ਸਵੇਰ ਦੇ ਅਸੀਂ 7 ਵਜੇ ਦੇ ਇੱਥੇ ਆ ਕੇ ਖੜੇ ਸਰ। ਕਿਹੜੇ ਪਿੰਡ ਤੋਂ ਆਏ ਹੋ ਤੁਸੀਂ? ਅਸੀਂ ਪਟੋ ਤੋਂ ਆਏ ਹਾਂ, ਸਵੇਰ ਦੇ 7 ਵਜੇ ਦੇ ਖੜੇ ਹਾਂ। ਮੇਰੇ ਨਾਲ ਹੋਰ ਵੀ ਇਲਾਕੇ ਦੇ ਕਾਫੀ ਲੋਕ ਇਦਾਂ ਦੇ ਕੰਮ ਕਰਾਉਣ ਨੂੰ ਆਏ ਹੋ, ਪਰੇਸ਼ਾਨ ਆ, ਕੋਈ ਬੈਠਣ ਦਾ ਪ੍ਰਬੰਧ ਨਹੀਂ, ਗਰਮੀ ਬਹੁਤ ਆ, ਹਰ ਚੀਜ਼ ਦੀ ਬੜੀ ਪ੍ਰੋਬਲਮ। ਮੈਂ ਇਹ ਸਰਕਾਰ ਤੋਂ ਪੂਰੀ ਮੰਗ ਕਰਦਾ ਕਿ ਇਹ ਜਿਹੜੀਆਂ ਚੀਜ਼ਾਂ ਆ ਗਲਤ ਛਪ ਕੇ ਆ ਰਹੀਆਂ, ਲੋਕਾਂ ਦੀ ਹਰਾਸਮੈਂਟ ਹੋ ਰਹੀ ਆ। ਮੈਂ ਇਹੀ ਬੇਨਤੀ ਕਰਦਾ ਕਿ ਆਮ ਲੋਕਾਂ ਦੀ ਸਹੂਲਤ ਲਈ ਸਰਕਾਰਾਂ ਕੰਮ ਕਰਨ, ਨਾ ਕਿ ਪਰੇਸ਼ਾਨੀ ਦੇਣ। ਤੁਸੀਂ ਸੁਵਿਧਾ ਸੈਂਟਰ ਦੇ ਵਿੱਚ ਇੱਥੇ ਆਈ ਹੋ ਅਤੇ ਜਿਹੜੇ ਵਿਅਕਤੀ ਆਉਂਦੇ ਆ ਡੇਟ ਆਫ ਬਰਥ ਪੂਰੀ ਨਹੀਂ ਲਿਖੀ ਜਾਂਦੀ, ਕਈਆਂ ਦਾ ਕਹਿਣਾ ਆ, ਇਹਦਾ ਕੀ ਕਾਰਨ ਆ? ਅਤੇ ਜਦੋਂ ਜਿਹੜਾ ਜਦੋਂ ਸ਼ੁਰੂ ਸ਼ੁਰੂ 'ਚ ਆਧਾਰ ਕਾਰਡ ਬਣੇ ਆ ਪਹਿਲਾਂ ਜਿਨ੍ਹਾਂ ਨੇ ਪਰੂਫ ਦੇ ਦਿੱਤੇ ਉਹਨਾਂ ਨੇ ਉਹਦੀ ਡੇਟ ਆਫ ਬਰਥ ਲਿਖ ਦਿੱਤੀ, ਜਿਨ੍ਹਾਂ ਨੇ ਪਰੂਫ ਨਹੀਂ ਦਿੱਤਾ ਉਹਨਾਂ ਨੇ ਡਿਕਲੇਅਰ ਕਰ ਦਿੱਤੀ ਡੇਟ ਆਫ ਬਰਥ ਇਕੱਲਾ ਸਾਨਾ ਦਾ। ਹੁਣ ਜਿੱਦਾਂ ਜਿੱਦਾਂ ਜਿਹੜੇ ਜਿਹੜੇ ਸਾਨੂੰ ਪਰੂਫ ਦੇਈ ਜਾਂਦੇ ਆ ਨਾਲ ਨਾਲ, ਅਸੀਂ ਉਹਨਾਂ ਦੀ ਡੇਟ ਆਫ ਬਰਥ ਪੂਰੀ ਕਰਕੇ ਵੈਰੀਫਾਈ ਕਰੀ ਜਾਂਦੇ ਹਾਂ, ਪਰੂਫ ਲਾਈ ਜਾਂਦੇ ਸਕੈਨ। ਉਹ ਤੋਂ ਬਾਅਦ ਉਹਨਾਂ ਦਾ ਸਹੀ ਹੋ ਜਾਂਦਾ? ਹਾਂ, ਕਈਆਂ ਦਾ ਸਹੀ ਹੋ ਜਾਂਦਾ ਜਿਨ੍ਹਾਂ ਨੇ ਪਹਿਲਾਂ ਮਤਲਬ ਕਿ ਵੈਰੀਫਾਈਡ ਪਹਿਲਾਂ ਦੀ ਹੋਈ ਆ, ਉਹ ਆਪਣਾ 4 ਸਾਲ ਘਟਾ ਰਹੇ ਕੋਈ ਵਧਾ ਰਹੇ ਆ ਉਹਨਾਂ ਦੇ। ਵਾਈਫ ਆਫ ਜਰਨੈਲ ਸਿੰਘ ਦੇ ਰਿਗਾਰਡਿੰਗ ਅੱਜ ਜਿਹੜਾ ਇਹ ਸਭ ਸੇਵਾ ਕੇਂਦਰ ਦੇ ਰਾਕੇਸ਼ ਕੁਮਾਰ ਇੰਚਾਰਜ ਨੂੰ ਬੁਲਾਇਆ ਗਿਆ, ਉਹਦੇ ਰਿਗਾਰਡਿੰਗ ਪੁੱਛਿਆ ਗਿਆ। ਜਿਹੜਾ ਉਹਦਾ ਆਧਾਰ ਕਾਰਡ ਸੀ ਉਹ 2011 ਦਾ ਪੁਰਾਣਾ ਬਣਿਆ ਹੋਣ ਕਰਕੇ ਉਹਦੇ ਵਿੱਚੋਂ ਡੇਟ ਵਗੈਰਾ ਮੈਂਸ਼ਨ ਨਹੀਂ ਸੀ, ਹੁਣ ਉਹਨਾਂ ਨੇ ਸਬੂਤ ਦਿੱਤੇ ਤਾਂ ਨਵੇਂ ਤੌਰ 'ਤੇ ਅਪਲਾਈ ਕਰਕੇ ਤਾਂ ਉਹਨਾਂ ਨੂੰ ਇਸ਼ੂ ਕਰ ਦਿੱਤਾ ਜਾਊ।